ਅ ਬੇਜੀਂਗ ਚਾਈਨਾ ਦੇ ਵਿੱਚ 20 ਮਿਲੀਅਨ ਲੋਕਾਂ ਦਾ ਟੈਸਟ ਹੋਣ ਜਾ ਰਿਹਾ ਕਰੋਨਾ ਵਾਇਰਸ ਨੂੰ ਲੈ ਕੇ ਤਾਂ ਕਿ ਉਹ ਕਹਿੰਦੇ ਆ ਕਿ ਜਿੱਦਾਂ ਸ਼ੰਗਾਈ ਟਾਊਨ ਨੂੰ ਲਾਕਡਾਊਨ ਕੀਤਾ ਗਿਆ ਹੈ ਪਹਿਲਾਂ ਤਾਂ ਇਹ ਸੋਚ ਰਿਹਾ ਸੀ ਕਿ ਸ਼ਾਇਦ 2-4 ਦਿਨ ਹਫ਼ਤੇ ਲਈ ਹੋ ਆਲਮੋਸਟ 3 ਹਫ਼ਤੇ ਹੋ ਗਏ ਸੋ ਸਿਚੁਏਸ਼ਨ ਚਾਈਨਾ ਵਾਲੇ ਇਹ ਨਹੀਂ ਚਾਹੁੰਦੇ ਕਿ ਇੱਥੇ ਵੀ ਉਨਾ ਹੀ ਲੰਮਾ ਜਿਹੜਾ ਲਾਕਡਾਊਨ ਕਰਨਾ ਪਵੇ ਉਹਦੇ ਨਾਲ ਜਿਹੜੀ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਸੋ 3 ਕੁਆਟਰ ਬੇਜਿੰਗ ਦੀ ਜਿਹੜੀ ਪਾਪੂਲੇਸ਼ਨ ਆ 22 ਮਿਲੀਅਨ ਉਹਨਾਂ ਨੂੰ ਅ ਅੱਜ ਲਾਈਨਾਂ ਦੇ ਵਿੱਚ ਖੜੇ ਕਰਕੇ ਜਿਹੜਾ ਸਾਰਿਆਂ ਨੂੰ ਟੈਸਟ ਕੀਤਾ ਜਾ ਰਿਹਾ ਹੈਗਾ ਜੀ ਬਿਲਕੁਲ ਹਰਜੋਤ ਸਿੰਘ ਜੀ ਕੋਵਿਡ ਦੀ ਜਿਹੜੀ ਇਹ ਆਊਟ ਬ੍ਰੇਕ ਹੋ ਰਹੀ ਹੈ ਬੇਜਿੰਗ ਦੇ ਵਿੱਚ ਇਹ ਜਿਹੜਾ ਸਿਟੀ ਵਾਈਡ ਟੈਸਟਿੰਗ ਆ ਇਸ ਨੂੰ ਇਹਨਾਂ ਨੇ ਆਰਡਰ ਪ੍ਰੌਮਪਟ ਕਰ ਦਿੱਤਾ ਸੋ ਵੱਡੀ ਜਿਹੜੀ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਇਸ ਟਾਈਮ ਬਣ ਚੁੱਕੀ ਆ ਸੋ ਕਹਿੰਦੇ ਵੀ ਬੀਜਿੰਗ ਦੇ ਵਿੱਚ ਦੁਬਾਰਾ ਜਿਹੜੇ ਇਹ ਕੋਵਿਡ ਦੇ ਕੇਸਸ ਵਧਣ ਦੇ ਨਾਲ ਦੁਨੀਆ ਭਰ ਦੇ ਵਿੱਚ ਇੱਕ ਵਾਰੀ ਫੇਰ ਖਤਰਾ ਤੇ ਡਰ ਜਿਹੜਾ ਉਹ ਬਣਿਆ ਆ ਚਾਈਨਾ ਜਦੋਂ ਲਾਕਡਾਊਨ ਦੇ ਵਿੱਚ ਜਾਂਦਾ ਹੈ ਸ਼ਟਡਾਊਨ ਦੇ ਵਿੱਚ ਜਾਂਦਾ ਹੈ ਦੁਨੀਆ ਦੀਆਂ ਹੋਰ ਇਕਨੋਮੀਆਂ ਦੇ ਉੱਤੇ ਅਸਰ ਇਸਦਾ ਨਜ਼ਰ ਆਉਂਦਾ ਆ ਹੁਣ ਸ਼ੇਂਘਾਈ ਦਾ ਪੋਰਟ ਹਰਜੋਤ ਸਿੰਘ ਜੀ ਬੰਦ ਪਿਆ ਹੈ ਜਿਹਦੇ ਕਰਕੇ ਆਪਣੀ ਇੱਥੇ ਦੇ ਅਰਥਚਾਰੇ ਦੇ ਉੱਤੇ ਅਸਰ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਆ ਆ ਟ੍ਰੈਕਿੰਗ ਦੇ ਉੱਤੇ ਵੀ ਇਸ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਧਰ ਚਾਈਨਿਸ ਲਾਕਡਾਊਨ ਦੇ ਨਾਲ ਉੱਥੋਂ ਦੇ ਸਟਾਕ ਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਥਲ ਪੁਥਲ ਆ ਉਹ ਮਚ ਗਈ ਹੈਗੀ ਆ ਸੋ ਉਧਰ ਮਾਸਕ ਮੰਡੇਟਸ ਖਤਮ ਹੋ ਰਹੇ ਆ ਤੇ ਵਾਇਰਸ ਜਿਹੜਾ ਆ ਉਹ ਮੁੜ ਦੁਬਾਰਾ ਸਿਰ ਜਿਹੜਾ ਉਹ ਪਨ ਪ੍ਰਿਆ ਹੈਗਾ ਆ ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਇਸ ਦੇ ਵਿੱਚ ਬਣਦਾ ਹੈਗਾ ਟ੍ਰਾਂਜ਼ਿਟਸ ਦੇ ਵਿੱਚ ਵੀ ਹੁਣ ਜਿਹੜੇ ਮਾਸਕ ਮੰਡੇਟਸ ਆ ਉਹਨਾਂ ਨੂੰ ਖਤਮ ਕਰ ਦਿੱਤਾ ਹੈ ਨਿਊਯਾਰਕ ਦੇ ਜਿਹੜੇ ਮੇਅਰ ਆ ਉਹਨਾਂ ਨੇ 1400 ਸ਼ੈਲਟਰ ਬੈਡਸ ਆ ਉਹ ਐਲਾਨੇ ਹੈਗੇ ਨੇ ਹੋਮਲੈਸ ਲੋਕਾਂ ਦੇ ਲਈ ਜਿਹੜੀ ਪੈਨਡੈਮਿਕ ਰਿਕਵਰੀ ਆ ਉਸ ਦੇ ਵਿੱਚ ਮਦਦ ਕਰਨ ਦੇ ਲਈ ਉਧਰ ਕਿਨੇ ਵੀ ਕੋਵਿਡ ਦੇ ਖਿਲਾਫ ਵੈਕਸੀਨੇਸ਼ਨ ਦੀ ਜਿਹੜੀ ਡਰਾਈਵ ਆ ਉਸ ਦਾ ਹਿਸਾਬ ਦੇ ਨਾਲ ਧੂਆਂ ਜਿਹਾ ਹੁਣ ਨਿਕਲ ਰਿਹਾ ਆ ਉਸ ਤੇ ਵਿੱਚ ਹੁਣ ਉਹਨਾਂ ਜ਼ੋਰ ਜਿਹੜਾ ਆ ਉਹ ਨਹੀਂ ਆ ਰਿਹਾ ਹੈਗਾ ਟਰਾਈ ਕਰ ਰਿਹਾ ਮੁਲਕ ਆਪੋ ਆਪਣੇ ਜਿਹੜੇ ਉਹ ਪੱਦਰ ਦੇ ਉੱਤੇ ਪਰ ਨੇ ਆ ਵੀ ਇਸ ਦੇ ਵਿੱਚ ਕੋਈ ਬਹੁਤਾ ਤੇਜ਼ੀ ਜਿਹੜੀ ਹੁਣ ਨਜ਼ਰ ਨਹੀਂ ਆ ਰਹੀ ਹੈਗੀ ਆਲਦੋ 70 80 ਪਰਸੈਂਟ ਕਈ ਥਾਵਾਂ ਦੇ ਉੱਤੇ ਇਸ ਤੋਂ ਵੀ ਵੱਧ ਪਰਸੈਂਟੇਜ ਲੋਕਾਂ ਨੇ ਵੈਕਸੀਨ ਜਿਹੜੀ ਉਹ ਲਗਵਾ ਲਏ ਆ ਪਰ ਜਿਨ੍ਹਾਂ ਨੇ ਮੇਨ ਡੋਸੇਜ਼ ਵੀ ਵੈਕਸੀਨ ਦੀਆਂ ਲਵਾਈਆਂ ਉਹ ਅੱਗੇ ਬੂਸਟਰ ਸ਼ਾਟਸ ਵੀ ਜਿਹੜੇ ਕਈ ਨਹੀਂ ਲਗਵਾ ਰਹੇ ਹੈਗੇ ਤੇ ਅਜੇ ਹੁਣ ਜਿਹੜੇ ਰਹਿ ਗਏ ਆ ਵੈਕਸੀਨ ਲਗਵਾਉਣ ਤੋਂ ਉਹ ਤਕਰੀਬਨ ਤਕਰੀਬਨ ਹੁਣ ਕਹਿ ਸਕਦੇ ਆ ਵੀ ਉਹ ਹੁਣ ਨਹੀਂ ਹੀ ਲਗਵਾਉਣਗੇ ਬੀਜਿੰਗ ਚਾਈਨਾ ਦੇ ਵਿੱਚ 20 ਮਿਲੀਅਨ ਲੋਕਾਂ ਦਾ ਟੈਸਟ ਹੋਣ ਜਾ ਰਿਹਾ ਕਰੋਨਾ ਵਾਇਰਸ ਨੂੰ ਲੈ ਕੇ ਤਾਂ ਕਿ ਉਹ ਕਹਿੰਦੇ ਆ ਵੀ ਜਿੱਦਾਂ ਸ਼ੰਗਾਈ ਟਾਊਨ ਨੂੰ ਲਾਕਡਾਊਨ ਕੀਤਾ ਗਿਆ ਹੈ ਪਹਿਲਾਂ ਤਾਂ ਇਹ ਸੋਚ ਰਿਆ ਸੀ ਕਿ ਸ਼ਾਇਦ 2-4 ਦਿਨ ਹਫ਼ਤੇ ਲਈ ਹੋ ਆਲਮੋਸਟ 3 ਹਫ਼ਤੇ ਹੋ ਗਏ ਸੋ ਸਿਚੁਏਸ਼ਨ ਚਾਈਨਾ ਵਾਲੇ ਇਹ ਨਹੀਂ ਚਾਹਦੇ ਕਿ ਇੱਥੇ ਵੀ ਉਹਨਾਂ ਹੀ ਲੰਮਾ ਜਿਹੜਾ ਲਾਕਡਾਊਨ ਕਰਨਾ ਪਵੇ ਉਹਦੇ ਨਾਲ ਜਿਹੜੀ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਸੋ 3 ਕੁਆਟਰ ਬੇਜਿੰਗ ਦੀ ਜਿਹੜੀ ਪੋਪੂਲੇਸ਼ਨ 22 ਮਿਲੀਅਨ ਉਹਨਾਂ ਨੂੰ ਅ ਅੱਜ ਲਾਈਨਾਂ ਦੇ ਵਿੱਚ ਖੜੇ ਕਰਕੇ ਜਿਹੜਾ ਸਾਰਿਆਂ ਨੂੰ ਟੈਸਟ ਕੀਤਾ ਜਾ ਰਿਹਾ ਹੈਗਾ ਜੀ ਬਿਲਕੁਲ ਹਰਜੋਤ ਸਿੰਘ ਜੀ ਕੋਵਿਡ ਦੀ ਜਿਹੜੀ ਇਹ ਆਊਟ ਬ੍ਰੇਕ ਹੋ ਰਹੀ ਹੈ ਬੇਜਿੰਗ ਦੇ ਵਿੱਚ ਇਹ ਜਿਹੜਾ ਸਿਟੀ ਵਾਈਡ ਟੈਸਟਿੰਗ ਆ ਇਸ ਨੂੰ ਇਹਨਾਂ ਨੇ ਆਰਡਰ ਪ੍ਰੌਮਪਟ ਕਰ ਦਿੱਤਾ ਸੋ ਵੱਡੀ ਜਿਹੜੀ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਇਸ ਟਾਈਮ ਬਣ ਚੁੱਕੀ ਆ ਸੋ ਕਹਿੰਦੇ ਵੀ ਬੇਜਿੰਗ ਦੇ ਵਿੱਚ ਦੁਬਾਰਾ ਜਿਹੜੇ ਇਹ ਕੋਵਿਡ ਦੇ ਕੇਸਸ ਵਧਣ ਦੇ ਨਾਲ ਦੁਨੀਆ ਭਰ ਦੇ ਵਿੱਚ ਇੱਕ ਆ ਦੀ ਫੇਰ ਖਤਰਾ ਤੇ ਡਰ ਜਿਹੜਾ ਉਹ ਬਣਿਆ ਆ ਚਾਈਨਾ ਜਦੋਂ ਲਾਕਡਾਊਨ ਦੇ ਵਿੱਚ ਜਾਂਦਾ ਹੈ ਸ਼ਟਡਾਊਨ ਦੇ ਵਿੱਚ ਜਾਂਦਾ ਹੈ ਦੁਨੀਆ ਦੀਆਂ ਹੋਰ ਇਕਨੋਮੀਆਂ ਦੇ ਉੱਤੇ ਅਸਰ ਇਸਦਾ ਨਜ਼ਰ ਆਉਂਦਾ ਹੈ ਹੁਣ ਸ਼ੇਂਘਾਈ ਦਾ ਪੋਰਟ ਹਰਜੋਤ ਸਿੰਘ ਜੀ ਬੰਦ ਪਿਆ ਹੈ ਜਿਹਦੇ ਕਰਕੇ ਆਪਣੀ ਇੱਥੇ ਦੇ ਅਰਥਚਾਰੇ ਦੇ ਉੱਤੇ ਅਸਰ ਜਿਹੜਾ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਆ ਟਰਕਿੰਗ ਦੇ ਉੱਤੇ ਵੀ ਇਸਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਧਰ ਚਾਈਨਿਸ ਲਾਕਡਾਊਨ ਦੇ ਨਾਲ ਉੱਥੋਂ ਦੇ ਸਟਾਕ ਤੇ ਤੇਲ ਦੀਆਂ ਕੀਮਤਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਥਲ ਪੁਥਲ ਆ ਉਹ ਮਚ ਗਈ ਹੈਗੀ ਆ ਸੋ ਉਧਰ ਮਾਸਕ ਮੰਡੇਟਸ ਖਤਮ ਹੋ ਰਹੇ ਆ ਤੇ ਵਾਇਰਸ ਜਿਹੜਾ ਆ ਉਹ ਮੁੜ ਦੁਬਾਰਾ ਸਿਰ ਜਿਹੜਾ ਉਹ ਪਨਪਰਿਆ ਹੈਗਾ ਆ ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਇਸ ਦੇ ਵਿੱਚ ਬਣਦਾ ਹੈਗਾ ਟਰਾਂਜ਼ਿਟਸ ਦੇ ਵਿੱਚ ਵੀ ਹੁਣ ਜਿਹੜੇ ਮਾਸਕ ਮੰਡੇਟਸ ਆ ਉਹਨਾਂ ਨੂੰ ਖਤਮ ਕਰ ਦਿੱਤਾ ਹੈ ਨਿਊਯਾਰਕ ਦੇ ਜਿਹੜੇ ਮੇਅਰ ਆ ਉਹਨਾਂ ਨੇ 1400 ਸ਼ੈਲਟਰ ਬੈਡਸ ਆ ਉਹ ਐਲਾਨੇ ਹੈਗੇ ਨੇ homeless ਲੋਕਾਂ ਦੇ ਲਈ ਜਿਹੜੀ ਪੈਨਡੈਮਿਕ ਰਿਕਵਰੀ ਆ ਉਸ ਦੇ ਵਿੱਚ ਮਦਦ ਕਰਨ ਦੇ ਲਈ ਉਧਰ ਕਿਨੇ ਵੀ ਕੋਵਿਡ ਦੇ ਖਿਲਾਫ ਵੈਕਸੀਨੇਸ਼ਨ ਦੀ ਜਿਹੜੀ ਡਰਾਈਵ ਆ ਉਸ ਦਾ ਹਿਸਾਬ ਦੇ ਨਾਲ ਧੂਆਂ ਜਿਹਾ ਹੁਣ ਨਿਕਲ ਰਿਹਾ ਆ ਉਸ ਤੇ ਵਿੱਚ ਹੁਣ ਉਹਨਾਂ ਜੋਰ ਜਿਹੜਾ ਆ ਉਹ ਨਹੀਂ ਰਿਹਾ ਹੈਗਾ ਟਰਾਈ ਕਰ ਰਹੇ ਆ ਮੁਲਕ ਆਪੋ ਆਪਣੇ ਜਿਹੜੇ ਉਹ ਪੱਦਰ ਦੇ ਉੱਤੇ ਪਰ ਕਿੰਦੇ ਆ ਵੀ ਇਸ ਦੇ ਵਿੱਚ ਕੋਈ ਬਹੁਤਾ ਤੇਜ਼ੀ ਜਿਹੜੀ ਆ ਹੁਣ ਨਜ਼ਰ ਨਹੀਂ ਆਦੀ ਹੈਗੀ ஆல்ਦੋ 70 80 ਪਰਸੈਂਟ ਕਈ ਥਾਵਾਂ ਦੇ ਉੱਤੇ ਇਸ ਤੋਂ ਵੀ ਵੱਧ ਪਰਸੈਂਟੇਜ ਲੋਕਾਂ ਨੇ ਵੈਕਸੀਨ ਜਿਹੜੀ ਉਹ ਲਗਵਾ ਲਏ ਆ ਪਰ ਜਿਨ੍ਹਾਂ ਨੇ ਮੇਨ ਡੋਜ਼ੇਸ ਵੀ ਵੈਕਸੀਨ ਦੀਆਂ ਲਵਾਈਆਂ ਉਹ ਅੱਗੇ ਬੂਸਟਰ ਸ਼ਾਟਸ ਵੀ ਜਿਹੜੇ ਕਈ ਨਹੀਂ ਲਗਵਾ ਰਹੇ ਹੈਗੇ ਤੇ ਅਜੇ ਹੁਣ ਜਿਹੜੇ ਰਹਿ ਗਏ ਆ ਵੈਕਸੀਨ ਲਗਵਾਉਣ ਤੋਂ ਉਹ ਤਕਰੀਬਨ ਤਕਰੀਬਨ ਹੁਣ ਕਹਿ ਸਕਦੇ ਆ ਵੀ ਉਹ ਹੁਣ ਨਹੀਂ ਹੀ ਲਗਵਾਉਣਗੇ